ਗੁਰਦਾਸਪੁਰ ਸੀਆਈਏ ਸਟਾਫ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਔਰਤਾਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੇ ਰਾਹੀਂ ਡੀਐਸਪੀਡੀ ਇਨਵੈਸਟੀਗੇਸ਼ਨ ਦੇਵਦਤ ਸ਼ਰਮਾ ਨੇ ਦੱਸਿਆ ਹੈ ਕਿ ਟੋਟਾ ਮੋੜ ਦੌਰਾਂਗਲਾ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਤਿੰਨ ਔਰਤਾਂ ਪੈਦਲ ਆਉਂਦੀਆਂ ਨਜ਼ਰ ਆਈਆਂ ਜੋ ਕਿ ਨਾਕੇਬੰਦੀ ਵੇਖ ਕੇ ਭੱਜਣ ਲੱਗੀਆਂ ਅਤੇ ਹੱਥਾਂ 'ਚ ਫੜੇ ਲਿਫਾਫੇ ਵਿੱਚ ਸੁੱਟ ਦਿੱਤੇ ਗਏ। ਸ਼ੱਕ ਪੈਂਦੇ ਪੁਲਿਸ ਪਾਰਟੀ ਨੇ ਤਿੰਨਾਂ ਔਰਤਾਂ ਨੂੰ ਕਾਬੂ ਕਰ ਲਿਆ। ਉਹਨਾਂ ਦੇ ਪਾਸੋਂ ਤਲਾਸ਼ੀ ਦੌਰਾਨ 16 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤਿੰਨਾਂ ਕੋਲੋਂ ਤਕਰੀਬਨ 16 ਗ੍ਰਾਮ ਸਮੈਕ ਜਿਹੜੀ ਆ ਉਹ ਮਿਲੀ ਹੈ। ਇਹ ਪਹਿਲਾਂ ਵੀ ਜਿਹੜੀ ਗੀਤਾ ਏਲੀਅਸ ਮੋਟੋ ਨਾਂ ਦੀ ਲੇਡੀ ਹੈ, ਇਹ ਜੇਲ੍ਹ 'ਚੋਂ ਵਾਪਸ ਆਈ ਹੈ। ਗਲੜੀ ਪਿੰਡ ਦੀਆਂ ਰਹਿਣ ਵਾਲੀਆਂ ਹੈਗੀਆਂ ਅਤੇ ਇਹਨਾਂ ਦੇ ਖਿਲਾਫ 21-85 NDPS ਐਕਟ ਦੇ ਅਲੱਗ ਅਲੱਗ ਅਸੀਂ ਮੁਕੱਦਮੇ ਦਰਜ ਕੀਤੇ ਆ ਅਤੇ ਔਨ ਰਿਮਾਂਡ ਹੁਣ ਸਾਡੇ ਕੋਲ ਹੈਗੀਆਂ ਨੇ। ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਔਨ ਹੈ।